ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਗੁਰਵਿੰਦਰ ਪੀਡੀ ਚੈਨਲ। ਕਾਫੀ ਬੱਚੇ ਦੇ ਕੁਐਸਚਨ ਮੈਸੇਜ ਆਉਂਦੇ ਪਏ ਸੀਗੇ ਵੀ ਰਿਪੀਟ ਸੈਂਟੈਂਸ ਦੇ ਵਿੱਚ ਕਾਫੀ ਕਨਫਿਊਜ਼ਨ ਆ, ਕਾਫੀ ਡਾਊਟ ਆ। ਇੱਕ ਪ੍ਰੋਪਰਲੀ ਵੀਡੀਓ ਜਿਹੜੀ ਆ ਰਿਪੀਟ ਸੈਂਟੈਂਸ ਤੇ ਲੈ ਕੇ ਆਓ, ਕਾਫੀ ਟਾਈਮ ਹੋ ਗਿਆ ਰਿਪੀਟ ਸੈਂਟੈਂਸ ਬਾਰੇ ਗੱਲਬਾਤ ਕੀਤੀ ਨੂੰ। ਸੋ ਅੱਜ ਦੀ ਵੀਡੀਓ ਦੇ ਵਿੱਚ ਜਿੰਨੇ ਡਾਊਟਸ, ਜਿੰਨੇ ਕੁਐਸਚਨ ਰਿਪੀਟ ਸੈਂਟੈਂਸ ਨੂੰ ਲੈ ਕੇ ਆ, ਈਚ ਐਂਡ ਐਵਰੀਥਿੰਗ ਵਾਈਟ ਬੋਰਡ ਤੇ ਤੁਹਾਡੇ ਨਾਲ ਐਕਸਪਲੇਨ ਕਰਾਂਗੇ। ਕਾਫੀ ਬੱਚੇ ਮੈਸੇਜ ਕਰਦੇ ਪਏ ਸੀਗੇ ਵੀ ਨਵੰਬਰ 2023 ਦੇ ਵਿੱਚ ਐਗਜ਼ਾਮ 'ਚ ਰਿਪੀਟ ਸੈਂਟੈਂਸ ਕਿਵੇਂ ਜਾਂਦੇ ਪਏ ਆ, ਕਿੱਦਾਂ ਦੀਆਂ ਪ੍ਰੋਬਲਮਸ ਸਾਨੂੰ ਐਗਜ਼ਾਮ ਦੇ ਰਿਪੀਟ ਸੈਂਟੈਂਸ ਦੇ ਵਿੱਚ ਫੇਸ ਕਰਨੀਆਂ ਪੈ ਸਕਦੀਆਂ ਨੇ। ਮੇਨ ਚੀਜ਼ ਆ ਰਿਪੀਟ ਸੈਂਟੈਂਸ ਜਿਹੜਾ ਵਾ ਉਹ ਦੋਵੇਂ ਜਿਹੜੇ ਹੈਗੇ ਨਾ ਮੇਨ ਪਾਰਟਸ, ਸਪੀਕਿੰਗ ਐਂਡ ਲਿਸਨਿੰਗ, ਦੋਵਾਂ ਦਾ ਇੰਪੋਰਟੈਂਟ ਪਾਰਟ ਆ। ਜਿਹੜੇ ਬੱਚਿਆਂ ਨੂੰ ਲਿਸਨਿੰਗ ਦੇ ਵਿੱਚ ਪ੍ਰੋਬਲਮ ਆ, ਜਿਹੜੇ ਬੱਚਿਆਂ ਨੂੰ ਸਪੀਕਿੰਗ ਦੇ ਵਿੱਚ ਪ੍ਰੋਬਲਮ ਆ, ਇਹਨਾਂ ਦੋਵਾਂ ਪਾਰਟਸ ਦਾ ਇੱਕ ਹੈੱਡ ਆ, ਉਹਦਾ ਨਾਮ ਆ ਰਿਪੀਟ ਸੈਂਟੈਂਸ। ਜੇ ਕਿਸੇ ਬੱਚੇ ਦੇ ਐਗਜ਼ਾਮ 'ਚ ਰਿਪੀਟ ਸੈਂਟੈਂਸ ਖਰਾਬ ਜਾਂਦੇ ਪਏ ਆ, ਉਹਦੀ ਸਪੀਕਿੰਗ ਵੀ ਖਰਾਬ ਜਾਣੀ ਆ, ਉਹਦੀ ਲਿਸਨਿੰਗ ਵੀ ਖਰਾਬ ਜਾਣੀ ਆ, ਜਿਹਨਾਂ ਦੋਵਾਂ ਪਾਰਟਸ ਵਿੱਚ ਤੁਹਾਨੂੰ ਪ੍ਰੋਬਲਮ ਆ। ਸੋ ਮੋਸਟ ਆਫ ਦੀ ਤੁਹਾਨੂੰ ਧਿਆਨ ਦੇਣਾ ਚਾਹੀਦਾ ਵਾ ਆਪਣੇ ਰਿਪੀਟ ਸੈਂਟੈਂਸ ਤੇ, ਇਹ ਚੀਜ਼ ਨੂੰ ਧਿਆਨ 'ਚ ਰੱਖਿਓ। ਸਭ ਤੋਂ ਪਹਿਲੀ ਚੀਜ਼ ਆ ਰਿਪੀਟ ਸੈਂਟੈਂਸ ਆਪਾਂ ਨੂੰ ਐਗਜ਼ਾਮ ਦੇ ਵਿੱਚ ਕਿੰਨੇ ਸਪੀਡ ਤੋਂ ਆ ਸਕਦੇ ਆ। ਦੋ ਸਪੀਡਸ ਤੋਂ ਆਪਾਂ ਰਿਪੀਟ ਸੈਂਟੈਂਸ ਦੀ ਪ੍ਰੈਕਟਿਸ ਕਰਨੀ ਚਾਹੀਦੀ ਆ। ਫਸਟ ਆਪਾਂ ਨੂੰ 0.8 ਦੀ ਸਪੀਡ ਤੇ ਰਿਪੀਟ ਸੈਂਟੈਂਸ ਦੀ ਪ੍ਰੈਕਟਿਸ ਕਰਨੀ ਚਾਹੀਦੀ ਆ। ਦੂਸਰੀ ਸਪੀਡ ਜਿਹੜੀ ਹੈਗੀ ਆ 1.2 ਦੀ ਸਪੀਡ ਤੇ ਆਪਾਂ ਨੂੰ ਰਿਪੀਟ ਸੈਂਟੈਂਸ ਦੀ ਪ੍ਰੈਕਟਿਸ ਕਰਨੀ ਚਾਹੀਦੀ ਆ। ਇਹ ਦੋ ਸਪੀਡਸ ਜਿਹੜੀਆਂ ਨੇ ਉਹ ਐਗਜ਼ਾਮ ਦੇ ਵਿੱਚ ਆਪਾਂ ਨੂੰ ਫੇਸ ਕਰਨੀਆਂ ਪੈ ਸਕਦੀਆਂ ਨੇ। ਅਗਲੀ ਚੀਜ਼ ਜਿਹੜੀ ਆ ਕਿ ਐਕਸੈਂਟ ਐਗਜ਼ਾਮ ਦੇ ਵਿੱਚ ਕਿੰਨਾ ਕੁ ਯੂਜ਼ ਹੁੰਦਾ ਰਿਪੀਟ ਸੈਂਟੈਂਸ ਦੇ ਵਿੱਚ? ਬਿਲਕੁਲ ਵੀ ਨਹੀਂ। ਐਕਸੈਂਟ ਰਿਪੀਟ ਸੈਂਟੈਂਸ ਦੇ ਵਿੱਚ ਇੰਨਾ ਨਹੀਂ ਆਉਂਦਾ। ਐਕਸੈਂਟ ਕਹਿੰਦਾ ਵੀ ਕੁਝ ਸੁਣੇ ਹੀ ਨਾ, ਬੜਾ ਗੰਦਾ ਐਕਸੈਂਟ ਆ ਗਿਆ, ਇੰਨਾ ਦਾ ਗੰਦਾ ਐਕਸੈਂਟ ਕਦੇ ਵੀ ਰਿਪੀਟ ਸੈਂਟੈਂਸ ਨਹੀਂ ਆਉਗਾ ਵੀ ਤੁਹਾਨੂੰ ਕੋਈ ਸਮਝ ਹੀ ਨਾ ਆਵੇ। ਹਾਂ, ਨਾਰਮਲ ਐਕਸੈਂਟ ਰਿਪੀਟ ਸੈਂਟੈਂਸ ਆਉਂਦੇ ਆ ਜੋ ਰੈਗੂਲਰ ਬੇਸਿਸ 'ਤੇ ਯੂਜ਼ ਹੁੰਦੇ ਆ, ਪਰ ਕੋਈ ਡਿਫਿਕਲਟ ਐਕਸੈਂਟ ਆਵੇ, ਕਦੇ ਸੁਣਿਆ ਨਾ ਹੋਵੇ, ਇਦਾਂ ਦਾ ਐਕਸੈਂਟ ਕਦੇ ਵੀ ਐਗਜ਼ਾਮ 'ਚ ਨਹੀਂ ਆਉਂਦਾ, ਇਹ ਚੀਜ਼ ਨੂੰ ਧਿਆਨ 'ਚ ਰੱਖਿਓ। ਅਗਲੀ ਮੇਨ ਐਂਡ ਇੰਪੋਰਟੈਂਟ ਚੀਜ਼ ਆ, ਕਾਫੀ ਬੱਚੇ ਮੈਨੂੰ ਕੁਐਸਚਨ ਪੁੱਛ ਲੈਂਦੇ ਆ ਕਿ ਰਿਪੀਟ ਸੈਂਟੈਂਸ ਜਿਹੜੇ ਆ ਉਹ ਐਪੀ ਯੂਨੀ ਦੇ ਵਿੱਚੋਂ ਰਿਪੀਟ ਹੁੰਦੇ ਆ? ਇਹਦਾ ਆਨਸਰ ਆ ਯੈਸ। 101% ਰਿਪੀਟ ਸੈਂਟੈਂਸ ਜਿਹੜੇ ਆ ਉਹ ਐਗਜ਼ਾਮ ਦੇ ਵਿੱਚ ਐਪ ਯੂਨੀ 'ਚ ਰਿਪੀਟ ਹੁੰਦੇ ਆ। ਮੋਸਟ ਆਫ ਦੀ ਬੱਚੇ ਮੈਨੂੰ ਇਹ ਕਾਫੀ ਕੁਐਸਚਨ ਪੁੱਟ ਕਰ ਲੈਂਦੇ ਆ ਕਿ ਰਿਪੀਟ ਸੈਂਟੈਂਸ ਜਿਹੜੇ ਆਉਂਦੇ ਆ ਕਿ ਐਪ ਯੂਨੀ ਦੇ ਵਿੱਚ ਸਾਨੂੰ ਬਹੁਤ ਜਣੇ ਕਹਿੰਦੇ ਆਉਂਦੇ ਆ, ਬਹੁਤ ਜਣੇ ਕਹਿੰਦੇ ਨਹੀਂ ਆਉਂਦੇ ਆ। ਵੀਕਲੀ ਤੇ ਮੰਥਲੀ ਪ੍ਰੈਡਿਕਸ਼ਨ, ਇਹ ਦੋ ਜਿਹਦੇ ਕਵਰ ਆ, ਮੈਂ ਗਰੰਟੀ ਦੇ ਸਕਦਾ ਵਾਂ ਵੀ ਤੁਸੀਂ ਆਪਣੇ ਐਗਜ਼ਾਮ ਦੇ ਵਿੱਚ ਜਿਹੜੇ ਆ ਉਹ ਰਿਪੀਟ ਸੈਂਟੈਂਸ ਵਧੀਆ ਕਰਕੇ ਆਉਂਗੇ, ਕਿਉਂਕਿ ਵੀਕਲੀ ਤੇ ਮੰਥਲੀ ਪ੍ਰੈਡਿਕਸ਼ਨ ਐਪ ਯੂਨੀ ਦੇ ਵਿੱਚੋਂ ਹੀ ਐਗਜ਼ਾਮ 'ਚ ਕੁਐਸਚਨ ਜਿਹੜੇ ਆ ਉਹ ਰਿਪੀਟ ਹੁੰਦੇ ਆ। ਹੁਣ ਇਹ ਚੀਜ਼ ਨੂੰ ਧਿਆਨ 'ਚ ਰੱਖਿਓ, ਰਿਪੀਟ ਸੈਂਟੈਂਸ ਜਿਹੜੇ ਆ ਉਹ ਕਿੰਨੀ ਕੁਆਂਟਿਟੀ ਦੇ ਵਿੱਚ ਐਗਜ਼ਾਮ 'ਚ ਆਉਂਦੇ ਆ, ਕਿੰਨੇ ਆਉਂਦੇ ਐਗਜ਼ਾਮ ਦੇ ਵਿੱਚ? ਰਿਪੀਟ ਸੈਂਟੈਂਸ 6 ਵੀ ਆ ਸਕਦਾ ਤੁਹਾਨੂੰ ਐਗਜ਼ਾਮ ਦੇ ਵਿੱਚ ਤੇ 13 ਵੀ ਆ ਸਕਦੇ ਆ। ਸੋ 6-13 ਰਿਪੀਟ ਸੈਂਟੈਂਸ ਤੁਹਾਨੂੰ ਐਗਜ਼ਾਮ ਦੇ ਵਿੱਚ ਨਵੰਬਰ 2023 ਦੇ ਵਿੱਚ ਜਿਹੜੇ ਆ ਉਹ ਦੇਖਣ ਨੂੰ ਮਿਲ ਸਕਦੇ ਆ। ਲੈਂਥ ਕਿੰਨੀ ਹੋ ਸਕਦੀ ਆ ਰਿਪੀਟ ਸੈਂਟੈਂਸ ਦੀ? ਜਿਹੜੀ ਰਿਪੀਟ ਸੈਂਟੈਂਸ ਦੀ ਲੈਂਥ ਆ ਉਹ ਤੁਹਾਡੀ 6 ਵਰਡ ਤੋਂ ਲੈ ਕੇ ਜਿਹੜੀ ਆ ਉਹ 15 ਵਰਡ ਤੱਕ ਚਲੀ ਜਾ ਸਕਦੀ ਆ। ਸੋ 6 ਵਰਡ ਦਾ ਰਿਪੀਟ ਸੈਂਟੈਂਸ ਵੀ ਤੁਹਾਨੂੰ ਐਗਜ਼ਾਮ 'ਚ ਦੇਖਣ ਨੂੰ ਮਿਲ ਸਕਦਾ ਵਾ। ਸੋ 15 ਵਰਡ ਦਾ ਰਿਪੀਟ ਸੈਂਟੈਂਸ ਵੀ ਤੁਹਾਨੂੰ ਐਗਜ਼ਾਮ 'ਚ ਦੇਖਣ ਨੂੰ ਮਿਲ ਸਕਦਾ ਵਾ। ਹੁਣ ਬੱਚਾ ਤਾਂ ਵੀ ਕੁਐਸਚਨ ਆ ਵੀ ਰਿਪੀਟ ਸੈਂਟੈਂਸ ਨੂੰ ਲੈ ਕੇ ਕੁਝ ਬੇਸਿਕ ਡਾਊਟ ਤੁਹਾਡੇ ਕਲੀਅਰ ਕਰਤਾ। ਅਕਸਰ ਬੱਚੇ ਮੈਨੂੰ ਕੁਐਸਚਨ ਪੁੱਟ ਕਰਦੇ ਆ ਵੀ ਜੋ ਰਿਪੀਟ ਸੈਂਟੈਂਸ ਆ ਕਿ ਰਿਪੀਟ ਸੈਂਟੈਂਸ ਦੇ ਪਿੱਛੇ ਅਸੀਂ ਫਿਲਰ ਐਡ ਕਰਦੇ ਆ, ਰਿਪੀਟ ਸੈਂਟੈਂਸ ਨੂੰ ਅਸੀਂ ਐਗਜ਼ਾਮ 'ਚ ਦੋ ਵਾਰੀ ਬੋਲਦੇ ਆ, ਕੀ ਕਿਸੇ ਰਿਪੀਟ ਸੈਂਟੈਂਸ ਦੇ ਪਿੱਛੇ ਫਿਲਰ ਐਡ ਕਰਨਾ ਸਹੀ ਆ? ਕੀ ਕਿਸੇ ਰਿਪੀਟ ਸੈਂਟੈਂਸ ਨੂੰ ਦੋ ਵਾਰੀ ਪਰਫਾਰਮ ਕਰਨਾ ਸਹੀ ਆ, ਰਿਪੀਟ ਕਰਨਾ ਸਹੀ ਆ? ਰਿਪੀਟ ਸੈਂਟੈਂਸ ਦੇ ਪਿੱਛੇ ਫਿਲਰ ਐਡ ਕਰਨਾ ਗਲਤ ਨਹੀਂ ਗਾ, ਪਰ ਹਰ ਇੱਕ ਰਿਪੀਟ ਸੈਂਟੈਂਸ ਦੇ ਪਿੱਛੇ ਫਿਲਰ ਐਡ ਕਰਨਾ ਬਹੁਤ ਗਲਤ ਆ। ਮੈਂ ਹਰ ਇੱਕ ਬੱਚੇ ਨੂੰ ਰਿਕੁਐਸਟ ਕਰਦਾ ਵਾਂ ਵੀ ਕਦੇ ਵਾਸਤੇ ਵੀ ਕਿਸੇ ਰਿਪੀਟ ਸੈਂਟੈਂਸ ਦੇ ਪਿੱਛੇ ਹਰ ਇੱਕ ਰਿਪੀਟ ਸੈਂਟੈਂਸ ਦੇ ਪਿੱਛੇ ਫਿਲਰ ਨਾ ਐਡ ਕਰੋ। ਜਿਹੜੇ ਬੱਚੇ ਹਰ ਇੱਕ ਰਿਪੀਟ ਸੈਂਟੈਂਸ ਦੇ ਪਿੱਛੇ ਫਿਲਰ ਐਡ ਕਰਦੇ ਆ, 100 ਚੋਂ 99% ਉਹ ਆਪਣਾ ਐਗਜ਼ਾਮ ਖਰਾਬ ਕਰਦੇ ਆ। ਫਿਲਰ ਉਹ ਰਿਪੀਟ ਸੈਂਟੈਂਸ ਦੇ ਪਿੱਛੇ ਐਡ ਕੀਤਾ ਜਾਂਦਾ ਜਿਹੜਾ ਆਪਾਂ ਨੂੰ ਬਿਲਕੁਲ ਵੀ ਰਿਪੀਟ ਸੈਂਟੈਂਸ ਨਹੀਂ ਸੁਣਿਆਗਾ। ਤੁਸੀਂ ਹਰ ਇੱਕ ਰਿਪੀਟ ਸੈਂਟੈਂਸ ਦੇ ਪਿੱਛੇ ਫਿਲਰ, ਹਰ ਇੱਕ ਰਿਪੀਟ ਸੈਂਟੈਂਸ ਦੇ ਪਿੱਛੇ ਫਿਲਰ, ਉਹ ਕਿਤਨਾ ਕਿਤੇ ਤੁਹਾਡੀ ਗਲਤੀ ਆ। ਇਹ ਚੀਜ਼ ਨੂੰ ਪਲੀਜ਼ ਜਿਹੜਾ ਵਾ ਉਹ ਧਿਆਨ 'ਚ ਰੱਖੋ। ਤੇ ਮੈਨੂੰ ਕਾਫੀ ਬੱਚੇ ਪੁੱਛ ਲੈਂਦੇ ਆ ਵੀ ਕੀ ਆਪਾਂ ਰਿਪੀਟ ਸੈਂਟੈਂਸ ਨੂੰ ਦੋ ਵਾਰੀ ਰਿਪੀਟ ਕਰ ਸਕਦੇ ਆ? ਕਿਸੇ ਵੀ ਰਿਪੀਟ ਸੈਂਟੈਂਸ ਨੂੰ ਦੋ ਵਾਰੀ ਬਿਲਕੁਲ ਵੀ ਰਿਪੀਟ ਨਹੀਂ ਕਰਨਾਗਾ। ਜੇ ਇੱਕ ਰਿਪੀਟ ਸੈਂਟੈਂਸ ਆ ਉਹਦੇ ਵਿੱਚ ਤੁਸੀਂ 4-5 ਵਰਡ ਵੀ ਚੱਕਦੇ ਪਏ ਨਾ, ਤੁਸੀਂ ਆਪਣੇ ਐਗਜ਼ਾਮ ਦੇ ਵਿੱਚੋਂ ਡਿਜ਼ਾਇਰ ਸਕੋਰ ਲੈ ਕੇ ਆਉਂਗੇ। ਜਸਟ ਫੋਰ ਐਗਜ਼ਾਮਪਲ ਸਮਝਾਉਂਦਾ ਹਾਂ, ਇੱਕ 12 ਵਰਡ ਦਾ ਆਪਾਂ ਨੂੰ ਰਿਪੀਟ ਸੈਂਟੈਂਸ ਆਇਆ, 12 ਵਰਡ ਦਾ ਆਪਾਂ ਨੂੰ ਰਿਪੀਟ ਸੈਂਟੈਂਸ ਆਇਆ, 12 ਵਰਡ ਦਾ ਤੀਸਰਾ ਹਿੱਸਾ ਕੱਢੋ, 12 ਵਰਡ ਦਾ ਤੀਸਰਾ ਹਿੱਸਾ ਕਿੰਨਾ ਹੋਊਗਾ? 4, ਠੀਕ ਹੈ। 4 4s are 8 8 4s are 12, ਠੀਕ ਹੈ ਜੀ। ਹੁਣ 4 ਵਰਡ ਦਾ ਇੱਕ ਕੰਟੈਂਟ ਹੋਊਗਾ, 8 ਵਰਡ ਦਾ 2 ਕੰਟੈਂਟ ਹੋਊਗਾ, 12 ਦਾ 3 ਕੰਟੈਂਟ ਹੋਊਗਾ। ਜਿੰਨੇ ਵੀ 4 ਤੋਂ ਲੈ ਕੇ 8 ਦੇ ਵਿੱਚ ਵਿੱਚ ਵਰਡਸ ਆ ਉਹਨਾਂ ਦਾ ਇੱਕ ਕੰਟੈਂਟ ਆ, ਜਿੰਨੇ ਵੀ 2 ਤੋਂ ਲੈ ਕੇ, ਠੀਕ ਆ, 8 ਤੋਂ ਲੈ ਕੇ 12 ਦੇ ਵਿੱਚ ਆ ਉਹਨਾਂ ਦਾ ਕੀ ਆ? 2 ਕੰਟੈਂਟ ਆ। ਤੇ ਜੇ ਤੁਸੀਂ ਪੂਰੇ ਚੱਕਦੇ ਪਏ ਹੋ ਤਾਂ ਆਬਵੀਅਸਲੀ ਤੁਹਾਡਾ 3 ਕੰਟੈਂਟ ਆ। ਇਹ ਵਿਦ ਇਨ ਕੰਟੈਂਟ ਦੀ ਮਾਰਕਿੰਗ ਹੁੰਦੀ ਆ। ਜੇ ਇੱਕ 12 ਵਰਡ ਦੇ ਰਿਪੀਟ ਸੈਂਟੈਂਸ ਦੇ ਵਿੱਚ, ਇੱਕ 12 ਵਰਡ ਦੇ ਰਿਪੀਟ ਸੈਂਟੈਂਸ ਦੇ ਵਿੱਚ ਤੁਸੀਂ ਨੀਅਰ ਅਬਾਊਟ 4 ਵਰਡਸ ਜਿਹੜੇ ਆ, ਤੁਸੀਂ 12 ਵਰਡ ਦੇ ਰਿਪੀਟ ਸੈਂਟੈਂਸ ਦੇ ਵਿੱਚ 4 ਵਰਡ ਤੱਕ ਜਿਹੜੇ ਆ ਉਹ ਪਿਕ ਕਰਦੇ ਪਏ ਹੋ, ਮਤਲਬ ਤੁਸੀਂ ਇੱਕ ਕੰਟੈਂਟ ਲੈਂ
ਆ ਵੇ ਨਾ ਕੰਟੈਂਟ ਦੀ ਮਾਰਕਿੰਗ ਹੁੰਦੀ ਆ ਜੇ ਤੁਸੀਂ ਇੱਕ ਰਿਪੀਟ ਸੈਂਟੈਂਸ ਨੂੰ ਵਧੀਆ ਪਰਫਾਰਮ ਕਰਦੇ ਹੋ ਨਾ ਤੁਸੀਂ ਇੱਕ ਕੰਟੈਂਟ ਵੀ ਚੱਕ ਲਓਗੇ ਉਹਨੂੰ ਵਧੀਆ ਵੇ ਨਾ ਬੋਲ ਦੋਗੇ 5 ਫਲੋ 5 ਪ੍ਰੋਨੰਸੀਏਸ਼ਨ ਇੱਕ ਕੰਟੈਂਟ ਇਜ਼ ਇਕੁਅਲ ਟੂ 11 ਮਾਰਕਸ ਜਿਹੜੇ ਆ 13 ਦੇ ਵਿੱਚੋਂ 11 ਤਾਂ ਤੁਸੀਂ ਆਪਣੇ ਰਿਪੀਟ ਸੈਂਟੈਂਸ ਤੋਂ ਲੈਣੇ ਪਏ ਹੋ ਜਿੰਨੇ ਬੱਚੇ ਮੈਨੂੰ ਕੁਐਸਚਨ ਪੁੱਟ ਕਰ ਲੈਂਦੇ ਆ ਕਿ ਸਾਨੂੰ ਰਿਪੀਟ ਸੈਂਟੈਂਸ ਜੇ ਅੱਧਾ ਸੁਣਿਆ ਸਾਨੂੰ ਰਿਪੀਟ ਸੈਂਟੈਂਸ ਸਾਰਾ ਨਹੀਂ ਸੁਣਿਆ ਅਸੀਂ ਕੀ ਕਰੀਏ ਪਿੱਛੇ ਨਾ ਕੱਲ ਇੱਕ ਬੱਚੇ ਦਾ ਰਿਜ਼ਲਟ ਆਇਆ ਵਾ ਮੈਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰੂੰਗਾ 90 ਸਕੋਰ ਆਇਆ ਸਪੀਕਿੰਗ ਦੇ ਵਿੱਚ ਉਹਨਾਂ ਬੱਚੇ ਦੇ ਤੇ ਜਲਦੀ ਉਹ ਰਿਜ਼ਲਟ ਤੁਹਾਡੇ ਨਾਲ ਮੈਂ ਸ਼ੇਅਰ ਕਰਦਾ ਵਾਂ YouTube ਤੇ ਅੱਜ ਜਾਂ ਕੱਲ ਨੂੰ ਸ਼ੇਅਰ ਹੋ ਜਾਊਗਾ ਤੁਹਾਡੇ ਨਾਲ ਕੋਸ਼ਿਸ਼ ਆ ਪੋਡਕਾਸਟ ਵੀ ਬੱਚੇ ਨਾਲ ਕਰਾਂ ਉਹ ਬੱਚਾ ਨੇ ਮੈਨੂੰ ਇੱਕ ਚੀਜ਼ ਕਹੀ ਕਲਾਸ 'ਚ ਉਹਦਾ ਰਿਵਿਊ ਦਵਾਇਆ ਉਹ ਬੱਚਾ ਕਹਿੰਦਾ ਸੀ ਮੈਂ ਸਿਰਫ 70% ਕੰਟੈਂਟ ਜਿਹੜਾ ਸੀ ਰਿਪੀਟ ਸੈਂਟੈਂਸ 'ਚ ਚੱਕਿਆ ਮੇਰਾ ਟਾਰਗੇਟ ਸੀਗਾ ਮੈਂ 70-80 ਮੈਂ 7-8 ਵਰਡਸ ਚੱਕਣੇ ਆ ਇਸ ਤੋਂ ਵੱਧ ਵਰਡਸ ਨਹੀਂ ਮੈਂ ਚੱਕਣੇ ਮੈਨੂੰ 10 ਵਰਡ ਤੋਂ ਪਲੱਸ ਵੀ ਰਿਪੀਟ ਸੈਂਟੈਂਸ ਵਿੱਚ ਦੇਖਣ ਨੂੰ ਮਿਲੇ ਤੇ ਮੈਂ 6-7 ਵਰਡ ਦਾ ਟਾਰਗੇਟ ਜਿਹੜਾ ਸੀਗਾ ਉਹਨੂੰ ਬਣਾ ਕੇ ਰੱਖਿਆ ਤੇ ਐਗਜ਼ਾਮ 'ਚ 90 ਉਹਦੇ ਸਪੀਕਿੰਗ 'ਚੋਂ ਇਹ ਮੈਂ ਤੁਹਾਨੂੰ ਵੀ ਕਹਿਣਾ ਚਾਹੁੰਦਾ ਵਾਂ ਸਾਰੇ ਰਿਪੀਟ ਸੈਂਟੈਂਸ ਦੇ ਪਿੱਛੇ ਜਿਹੜੇ ਬੱਚੇ ਭੱਜਦੇ ਆ ਸਾਰੇ ਰਿਪੀਟ ਸੈਂਟੈਂਸ ਦੇ ਪਿੱਛੇ ਉਹ ਵੀ ਕਿਤੇ ਨਾ ਕਿਤੇ ਆਪਣੇ ਐਗਜ਼ਾਮ 'ਚ ਗਲਤੀ ਕਰਕੇ ਆਉਂਦੇ ਆ ਸਾਰੇ ਰਿਪੀਟ ਸੈਂਟੈਂਸ ਦੇ ਪਿੱਛੇ ਨਾ ਭੱਜੋ ਇੱਕ ਟਾਰਗੇਟ ਹੋਣਾ ਤੁਹਾਡਾ ਰਿਪੀਟ ਸੈਂਟੈਂਸ ਦੇ ਵਿੱਚ ਜ਼ਰੂਰੀ ਆ ਵੀ ਅਸੀਂ ਕਿੰਨਾ ਰਿਪੀਟ ਸੈਂਟੈਂਸ ਪਿਕ ਕਰਨਾ ਵਾ ਹੁਣ ਜਸਟ ਫੋਰ ਐਗਜ਼ਾਮਪਲ ਜੇ ਕਿਸੇ ਬੱਚੇ ਤੋਂ ਕੋਈ ਟਾਰਗੇਟ ਨਹੀਂਗਾ ਸੁਣ ਗਿਆ ਤਾਂ ਸੁਣ ਗਿਆ ਨਹੀਂ ਸੁਣਿਆ ਤਾਂ ਚੌਪਾਂ ਬਟ ਉਹ ਬੱਚੇ ਐਗਜ਼ਾਮ 'ਚ ਗਲਤੀਆਂ ਕਰਕੇ ਆਉਣਗੇ ਇੱਕ ਟਾਰਗੇਟ ਹੋਣਾ ਚਾਹੀਦਾ ਵਾ ਵੀ ਮੈਨੂੰ ਇੰਨੇ ਵਰਡਸ ਤਾਂ ਮੈਂ ਚੱਕਣੇ ਹੀ ਚੱਕਣੇ ਆ ਕਿਉਂਕਿ ਸਟਾਰਟਿੰਗ ਵਾਲੇ ਐਗਜ਼ਾਮ 'ਚ ਨਾ ਰਿਪੀਟ ਸੈਂਟੈਂਸ ਜਿਹੜੇ ਤੁਹਾਨੂੰ ਐਗਜ਼ਾਮ 'ਚ ਰਿਪੀਟ ਸੈਂਟੈਂਸ ਜਿਹੜੇ ਆ ਉਹ 6-13 ਆ ਸਕਦੇ ਆ ਜਿਹੜੇ ਸਟਾਰਟਿੰਗ ਵਾਲੇ ਰਿਪੀਟ ਸੈਂਟੈਂਸ ਹੋਣਗੇ ਉਹ ਈਜ਼ੀ ਹੋਣਗੇ ਟੂ ਮੱਚ ਈਜ਼ੀ ਹੋਣਗੇ ਲਾਸਟ ਵਾਲੇ ਰਿਪੀਟ ਸੈਂਟੈਂਸ ਜਿਹੜੇ ਹੁੰਦੇ ਆ ਉਹ ਹੌਲੀ ਹੌਲੀ ਥੋੜ੍ਹੇ ਡਿਫੀਕਲਟ ਹੋਣੇ ਸ਼ੁਰੂ ਹੋ ਜਾਂਦੇ ਹੁੰਦੇ ਆ ਸੋ ਸਟਾਰਟਿੰਗ ਵਾਲੇ ਰਿਪੀਟ ਸੈਂਟੈਂਸ ਵਿੱਚ ਆਪਣੇ ਕੋਲ ਮੌਕਾ ਹੁੰਦਾ ਵਾ ਉਹ 7-8 ਵਰਡਸ ਤੱਕ ਦੀ ਲੈਂਥ ਹੁੰਦੀ ਉਹਨਾਂ ਰਿਪੀਟ ਸੈਂਟੈਂਸ ਦੀ ਆਪਾਂ ਉਹਨਾਂ ਨੂੰ ਸਾਰਾ ਵੀ ਚੱਕ ਸਕਦੇ ਆ ਤੇ ਜਿਹੜੇ ਬੱਚੇ ਸਟਾਰਟਿੰਗ ਵਾਲੇ ਰਿਪੀਟ ਸੈਂਟੈਂਸ ਵੀ ਖਰਾਬ ਕਰ ਦਿੰਦੇ ਆ ਲਾਸਟ ਵਾਲੇ ਲੈਂਥ ਹੀ ਹੋਣੇ ਸ਼ੁਰੂ ਹੋ ਜਾਂਦੇ ਆ ਫਿਰ ਕਿਤੇ ਨਾ ਕਿਤੇ ਉਹਨਾਂ ਨੂੰ ਪ੍ਰੋਬਲਮ ਜਿਹੜੀ ਆ ਉਹ ਫੇਸ ਕਰਨੀ ਪੈਂਦੀ ਆ ਸੋ ਮੇਰੇ ਸਾਰੇ ਬੱਚਿਆਂ ਨੂੰ ਇਹੀ ਰਿਕੁਐਸਟ ਆ ਵੀ ਰਿਪੀਟ ਸੈਂਟੈਂਸ ਦੇ ਵਿੱਚ ਸਾਰੇ ਕੰਟੈਂਟ ਦੇ ਪਿੱਛੇ ਨਾ ਭੱਜੋ 70% ਕੰਟੈਂਟ ਤੁਹਾਡਾ ਇਨਫ ਆ 100 ਦੇ ਵਿੱਚੋਂ 7 ਵਰਡ ਜੇ ਚੱਕਦੇ ਪਏ ਹੋ ਬਹੁਤ ਆ ਤੁਸੀਂ ਆਪਣੇ ਐਗਜ਼ਾਮ ਦੇ ਵਿੱਚ ਡਿਜ਼ਾਇਰ ਸਕੋਰ ਜਿਹੜੇ ਉਹਨਾਂ ਨੂੰ ਲੈ ਕੇ ਆ ਸਕਦੇ ਹੋ ਅਗਲੀ ਸਭ ਤੋਂ ਮੇਨ ਐਂਡ ਇੰਪੋਰਟੈਂਟ ਚੀਜ਼ ਇਹ ਆ ਕਿੰਨੇ ਰਿਪੀਟ ਸੈਂਟੈਂਸ ਦੀ ਪ੍ਰੈਕਟਿਸ ਸਾਨੂੰ ਇੱਕ ਦਿਨ ਦੇ ਵਿੱਚ ਕਰਨੀ ਚਾਹੀਦੀ ਆ 50 ਰਿਪੀਟ ਸੈਂਟੈਂਸ ਇਨਫ ਆ 50 ਰਿਪੀਟ ਸੈਂਟੈਂਸ ਇਨਫ ਆ 50 ਤੋਂ ਵੱਧ ਰਿਪੀਟ ਸੈਂਟੈਂਸ ਤੁਸੀਂ ਪ੍ਰੈਕਟਿਸ ਨਾ ਕਰੋ ਜਿਹੜਾ ਬੱਚਾ 50 ਤੋਂ ਵੱਧ ਪ੍ਰੈਕਟਿਸ ਕਰਦਾ ਵਾ ਉਹ ਕਿਤੇ ਨਾ ਕਿਤੇ ਉਹ ਵੀ ਗਲਤੀ ਆ ਕਿਉਂਕਿ ਇੱਕ ਲਿਮਿਟ ਦੇ ਵਿੱਚ ਇੱਕ ਦਾਇਰੇ 'ਚ ਰਹਿ ਕੇ ਚੀਜ਼ ਕਰਨੀ ਚਾਹੀਦੀ ਆ ਆਪਾਂ ਓਵਰ ਹੋ ਕੇ ਕਿਸੇ ਚੀਜ਼ ਨੂੰ ਕਰਦੇ ਹਾਂ ਉਹ ਵੀ ਆਪਾਂ ਨੂੰ ਫਾਇਦਾ ਨਹੀਂ ਦੇਊਗੀ ਨੁਕਸਾਨ ਦੇਗੀ ਹੀ ਜਾਊਗੀ ਸੋ ਇੱਕ ਲਿਮਿਟ 'ਚ ਰਹਿ ਕੇ ਇੱਕ ਦਾਇਰੇ 'ਚ ਰਹਿ ਕੇ ਕਿਸੇ ਚੀਜ਼ ਨੂੰ ਪਰਫਾਰਮ ਕਰਿਆ ਕਰੋ ਉਹ ਡੈਫੀਨਿਟਲੀ ਤੁਹਾਡਾ ਪਲੱਸ ਪੁਆਇੰਟ ਬਣੂਗੀ ਕਿਤੇ ਐਗਜ਼ਾਮ ਦੇ ਵਿੱਚ ਤੁਹਾਨੂੰ ਬਹੁਤ ਸੋਹਣੇ ਸਕੋਰ ਜਿਹੜੇ ਆ ਉਹ ਦਵਾਊਗੀ ਹੁਣ ਇੱਕ ਕਾਫੀ ਮੈਨੂੰ ਇੱਕ ਬੱਚੇ ਹੋਰ ਚੀਜ਼ ਕਹਿ ਦਿੰਦੇ ਆ ਕਿ ਰਿਪੀਟ ਸੈਂਟੈਂਸ ਜਿਹੜੇ ਆ ਰਿਪੀਟ ਸੈਂਟੈਂਸ ਅਸੀਂ ਕਾਫੀ ਬੱਚੇ ਨਾ ਸੋਚ ਕੇ ਬੋਲਦੇ ਆ ਹੁਣ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਹੁਣ ਇੱਕ 12 ਵਰਡ ਦਾ ਰਿਪੀਟ ਸੈਂਟੈਂਸ ਸੀਗਾ 12 ਵਰਡ ਦੇ ਰਿਪੀਟ ਸੈਂਟੈਂਸ ਨੂੰ ਤੁਸੀਂ ਸੋਚ ਕੇ ਬੋਲਤਾ ਸੋਚ ਕੇ ਬੋਲਤਾ ਸਾਰਾ ਬੋਲਤਾ ਸੋਚ ਕੇ ਬੋਲਿਆ ਤੁਹਾਡੀ ਪ੍ਰੋਨੰਸੀਏਸ਼ਨ 3 ਤੁਹਾਡੀ ਫਲੂਐਂਸੀ 3 ਕੰਟੈਂਟ ਸਾਰਾ ਬੋਲਤਾ ਕੰਟੈਂਟ 3 ਇਜ਼ ਇਕੁਅਲ ਟੂ 9 ਮਾਰਕਸ ਜੇ ਮੈਂ ਇੱਕ ਵਰਡ ਦਾ ਕੰਟੈਂਟ ਬੋਲ ਕੇ ਇਲੈਵਨ ਮਾਰਕਸ ਲੈ ਰਿਹਾ ਵਾਂ ਤੇ ਮੈਂ 3 ਨੰਬਰ ਦਾ ਕੰਟੈਂਟ ਬੋਲ ਕੇ ਮੇਰੇ 9 ਹੀ ਆਉਣੇ ਆ ਮੈਂ ਇਹੀ ਸਾਰੇ ਬੱਚਿਆਂ ਨੂੰ ਰਿਕੁਐਸਟ ਕਰਨੀ ਚਾਹੁੰਦਾ ਵਾਂ ਵੀ ਕਦੇ ਵਾਸਤੇ ਵੀ ਰਿਪੀਟ ਸੈਂਟੈਂਸ ਨੂੰ ਸੋਚ ਕੇ ਨਾ ਬੋਲੋ ਹਾਫ ਕੰਟੈਂਟ ਵੀ ਚੱਕਦੇ ਹੋ ਨਾ ਜਿੰਨਾ ਵੀ ਕੰਟੈਂਟ ਚੱਕ ਪਾਉਂਦੇ ਹੋ ਉਹਨੂੰ ਵਧੀਆ ਵੇ ਨਾ ਕੰਟੈਂਟ ਨੂੰ ਪਰਫਾਰਮ ਕਰ ਲਓ ਤੁਸੀਂ ਆਪਣੇ ਰਿਪੀਟ ਸੈਂਟੈਂਸ ਦੇ ਵਿੱਚ ਬੈਸਟ ਸਕੋਰਿੰਗ ਜਿਹੜੀ ਉਹ ਪ੍ਰਾਪਤ ਕਰੋਗੇ ਰਿਪੀਟ ਸੈਂਟੈਂਸ ਨੂੰ ਪਿਕ ਕਰਨ ਦਾ ਬੈਸਟ ਮੈਥਡ ਕੀ ਆ ਰਿਪੀਟ ਸੈਂਟੈਂਸ ਨੂੰ ਪਿਕ ਕਰਨ ਦਾ ਬੈਸਟ ਮੈਥਡ ਹੈਗਾ ਵਾ ਆਈਜ਼ ਕਲੋਜ਼ ਕਰਕੇ ਆਲਵੇਜ਼ ਯੂਜ਼ ਹੋਣਾ ਮੈਥਡ ਆ ਵੀ ਰਿਪੀਟ ਸੈਂਟੈਂਸ ਜਦੋਂ ਤੁਸੀਂ ਪਰਫਾਰਮ ਕਰਨੇ ਆ ਉਦੋਂ ਆਈਜ਼ ਨੂੰ ਕਲੋਜ਼ ਹੋਣੀਆਂ ਚਾਹੀਦੀਆਂ ਤੁਹਾਡੀਆਂ ਆਈਜ਼ ਕਲੋਜ਼ ਕਰਕੇ ਰਿਪੀਟ ਸੈਂਟੈਂਸ ਨੂੰ ਸੁਣਿਆ ਕਰੋ ਆਈਜ਼ ਕਲੋਜ਼ ਕਰਕੇ ਕਿਉਂ ਕਿਉਂਕਿ ਅੱਖਾਂ ਬੰਦ ਕਰਕੇ ਆਪਾਂ ਧਿਆਨ ਲਾ ਸਕਦੇ ਹਾਂ ਫੋਕਸ ਕਰ ਸਕਦੇ ਹਾਂ ਆਈਜ਼ ਕਲੋਜ਼ ਕਰਕੇ ਫੋਕਸ ਕਰਕੇ ਆਪਾਂ ਰਿਪੀਟ ਸੈਂਟੈਂਸ ਨੂੰ ਈਜ਼ੀ ਵੇ ਨਾਲ ਪਿਕ ਕਰ ਸਕਦੇ ਹਾਂ ਤੇ ਦੂਸਰਾ ਮੈਥਡ ਆ ਆਈਜ਼ ਕਲੋਜ਼ ਰਹਿਣ ਰਿਪੀਟ ਸੈਂਟੈਂਸ ਦਿਮਾਗ 'ਚ ਹੋਵੇ ਤੇ ਥੱਲੇ ਕਾਪੀ ਦਾ ਉੱਥੇ ਚੱਲਦਾ ਹੋਵੇ ਇਨੀਸ਼ੀਅਲ ਵਰਡਸ ਕਾਪੀ ਦਾ ਲਿਖ ਲਈਏ ਠੀਕ ਆ ਪਹਿਲਾ ਵਰਡ ਜਿਹੜਾ ਵਾ ਉਹ ਕਾਪੀ ਦਾ ਲਿਖ ਲਈਏ ਇਹ ਸੈਕੰਡ ਮੈਥਡ ਆ ਰਿਪੀਟ ਸੈਂਟੈਂਸ ਦਾ ਇਹਦੇ ਨਾਲ ਵੀ ਤੁਸੀਂ ਯੂਜ਼ ਕਰ ਸਕਦੇ ਹੋ ਫਸਟ ਮੈਥਡ ਥੋੜਾ ਜਿਹਾ ਈਜ਼ੀ ਆ ਆ ਸੈਕੰਡ ਜਿਹੜਾ ਕਾਪੀ ਦੇ ਨਾਲ ਲਿਖਣ ਵਾਲਾ ਵਾ ਇਹ ਥੋੜਾ ਜਿਹਾ ਟਫ ਆ ਪਰ ਬੈਸਟ ਮੈਥਡ ਆ ਪਰ ਇਹਦੀ ਪ੍ਰੈਕਟਿਸ ਬਹੁਤ ਤੁਹਾਨੂੰ ਕਰਨੀ ਪੈਣੀ ਆ ਸੋ ਡਿਪੈਂਡ ਔਨ ਯੂ ਠੀਕ ਆ ਤੁਸੀਂ ਕਿਹੜਾ ਮੈਥਡ ਯੂਜ਼ ਕਰਦੇ ਹੋ ਤੇ ਕਿਹੜਾ ਮੈਥਡ ਫੋਲੋ ਕਰਦੇ ਪਏ ਹੋ ਇਹ ਮੈਥਡ ਜਿਹੜੇ ਆ ਐਗਜ਼ਾਮ 'ਚ ਬੈਸਟ ਮੈਥਡ ਆ ਤੇ ਰਿਪੀਟ ਸੈਂਟੈਂਸ ਐਗਜ਼ਾਮ ਦੇ ਵਿੱਚ ਬੀਪ ਸਾਊਂਡ ਨਹੀਂ ਹੁੰਦਾ ਕਾਫੀ ਬੱਚੇ ਬੀਪ ਸਾਊਂਡ ਦੀ ਵੇਟ ਕਰਦੇ ਰਹਿੰਦੇ ਐਗਜ਼ਾਮ ਦੇ ਵਿੱਚ ਸੋ ਐਗਜ਼ਾਮ ਦੇ ਵਿੱਚ ਰਿਪੀਟ ਸੈਂਟੈਂਸ ਦਾ ਬੀਪ ਸਾਊਂਡ ਨਹੀਂ ਹੋਊਗਾ ਸਪੀਕਰ ਬੋਲ ਕੇ ਜਾਊਗਾ ਇੱਕ ਬਲੂ ਬਾਰ ਥੱਲੋਂ ਚੱਲੂਗੀ ਠੀਕ ਆ ਜਦੋਂ ਬਲੂ ਬਾਰ ਚੱਲੀ ਫਿਰ ਤੁਸੀਂ ਆਪਣਾ ਰਿਪੀਟ ਸੈਂਟੈਂਸ ਬੋਲਣਾ ਸਟਾਰਟ ਕਰਨਾ ਵੀ ਚੀਜ਼ ਨੂੰ ਧਿਆਨ 'ਚ ਰੱਖਿਓ ਪਹਿਲਾਂ ਨਾਲ ਦੀ ਨਾਲ ਸਟਾਰਟ ਕਰ ਦਿਓ ਕਾਫੀ ਬੱਚੇ ਨਾਲ ਦੀ ਨਾਲ ਸਟਾਰਟ ਕਰ ਦਿੰਦੇ ਗਲਤੀਆਂ ਨੇ ਠੀਕ ਆ ਜੀ ਸੋ ਇਹ ਇਨਫੋਰਮੇਸ਼ਨ ਜੇ ਵਧੀਆ ਲੱਗੀ ਲਾਈਕ ਕਰ ਦਿਓ ਦੋਸਤ ਮਿੱਤਰਾਂ ਦੇ ਵਿੱਚ ਵੀਡੀਓ ਸ਼ੇਅਰ ਕਰ ਦਿਓ